ਸਤਿ ਸ਼੍ਰੀ ਅਕਾਲ ਜੀ ਬਾਪੂ ਜੀ ਸਤਿ ਸ਼੍ਰੀ ਅਕਾਲ ਬੁਲਾਈਆ ਸਤਿ ਸ਼੍ਰੀ ਅਕਾਲ ਜੀਤੇ ਰਹੋ ਹੋਰ ਸਿਹਤਾਂ ਠੀਕ ਨੇ ਸਿਹਤਾਂ ਠੀਕ ਨੇ ਚਿੰਤਾ ਠੀਕ ਹੈ ਕੋਈ ਕੋਈ ਫਿਕਰ ਨੀ ਘਰੇਲੂ ਕੋਈ ਫਿਕਰ ਨੀ ਠੀਕ ਹੈ ਆਪਦੀ ਸਿਹਤ ਦਾ ਫਿਕਰ ਸਤਾਨਵੇਂ ਸਾਲ ਤਰਾਨਵੇਂ ਸਾਲ ਦੀ ਉਮਰ ਹੋਗੀ ਤਰਾਨਵੇਂ ਸਾਲ ਹੋ ਗਈ ਦਸਵੀਂ ਕੀਤੀ ਸੀ ਆਪਦੇ ਰਿਸ਼ਤੇਦਾਰ ਕੋਲੇ ਪੜ੍ਹਦਾ ਸੀ ਉਹ ਜਿਹਾ ਜਿਹਾ ਰੋਟੀ ਉਹਨਾਂ ਆਪ ਖਾਂਦੇ ਮੈਨੂੰ ਦੇ ਦਿੰਦੇ ਜੀ ਤਾਂ ਸੰਤਾਲੀ ਵੇਲੇ ਜਿਹੜਾ ਮਾਹੌਲ ਸੀਗਾ ਕਿਵੇਂ ਸੰਤਾਲੀ ਵੇਲੇ ਜਿਹੜਾ ਮਾਹੌਲ ਸੀਗਾ ਉਹ ਦੇਖਿਆ ਤੁਸੀਂ ਸਾਰਾ ਅੱਖੀਂ ਹਾਂ ਦੇਖੇ ਹਾਂ ਦੱਸੋ ਉੱਧਰ ਮੂੰਹ ਕਰਕੇ ਦੱਸੋ ਕੋਈ ਮਾਹੌਲ ਕਿਹੜਾ ਹਿੰਦੂ ਸਿੱਖ ਮੁਸਲਮਾਨਾਂ ਦਾ ਕੋਈ ਨਹੀਂ ਸਕੂਲਾਂ ਚ ਪੜ੍ਹਦੇ ਸੀ ਮੇਰੇ ਨਾਲ ਮੁਸਲਮਾਨ ਸੀ ਹੁਣ ਤੱਕ ਜਾ ਕੇ ਮੈਂ ਰੋਟੀਆਂ ਖਾਦੀਆਂ ਉਹਨਾਂ ਦੇ ਨਾਲ ਉਦੋਂ ਵੀ ਮੁਸਲਮਾਨ ਹੋਣ ਦੇ ਬਾਵਜੂਦ ਰੋਟੀਆਂ ਵੀ ਖਾਦੀਆਂ ਤਿੰਨ ਭਰਾ ਸੀ ਉਹ ਕੀ ਨਾਮ 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 ਦੱਸੋ ਉਹਦਾ ਚਲੋ ਜਦੋਂ ਯਾਦ ਆ ਗਿਆ ਉਦੋਂ ਦੱਸ ਦਿਓ ਤੇਰਾ ਚੌਥੀ ਬੋਲਣਾ ਯਾਦ ਨਹੀਂ ਆ ਚਲੋ ਕੋਈ ਨੀ ਮੈਂ ਦੱਸੋ ਇੱਕ ਦਾ ਮੈਂ ਨਾਮ ਤਾਂ ਝਗੜੇ ਦੇ ਲੋਕ ਕਰਨ ਲੱਗ ਗਏ ਲੀਡਰ ਲੱਗ ਗਏ ਓਹਦਾ ਨਫ਼ਰਤ ਪੈਦਾ ਹੋਣੀ ਸ਼ੁਰੂ ਕਰਤੀ ਉਹ ਮੈਂ ਦੇਖੀ ਹੈ ਆਰੀਆ ਸਮਾਜ ਕੇਂਦਰ ਸੁੰਦਰ ਲਾਲ ਸਰਾਫ ਦੇ ਸਾਹਮਣੇ ਇੱਕ ਰੋਡ ਦੇ ਚ ਦੁਕਾਨ ਹੁੰਦੀ ਸੀ ਅੱਛਾ ਉਦੋਂ ਨਾਮ ਤੁਹਾਨੂੰ ਯਾਦ ਨਹੀਂ ਉਹਦਾ ਫਰੂਟ ਬਹੁਤ ਉਹਦੇ ਕਿਹੜੇ ਦੂਜੇ ਭਰਾ ਸੀ ਉਹ ਸਬਜ਼ੀ ਦਾ ਕੰਮ ਕਰਦੇ ਸੀ ਪਰ ਉਹ ਸਬਜ਼ੀ ਮੰਡੀ ਐਡੀ ਹੈ ਨਹੀਂ ਸੀ ਪਰ ਲੋਕਾਂ ਨਾਲ ਉਹਦਾ ਪਿਆਰ ਨਹੀਂ ਸੀ ਕਿਹੜੇ ਇੱਥੇ 1947 ਦੇ ਵਿੱਚ ਮੁਸਲਮਾਨਾਂ ਨੂੰ ਮਾਰਨ ਦੇ ਵਿੱਚ ਪੂਰਾ ਹੱਥ ਸੀ ਉਹਨਾਂ ਨਾਲ ਵੀ ਉਹਦਾ ਸੀ ਦੋ ਤਿੰਨ ਬਹੁਤੇ ਹੈਗੇ ਸੀ ਇੱਕ ਤਾਂ ਡਾਕਟਰ ਰਾਮ ਲਾਲ ਮਰ ਗਿਆ ਇੱਕ ਗਿਰਧਾਰੀ ਨਾਲ ਪੰਡਿਤ ਹੁੰਦਾ ਸੀ ਉਹ ਮੁਸਲਮਾਨਾਂ ਦੇ ਮਾਰਨ ਦੇ ਵਿੱਚ ਉਹਨਾਂ ਦਾ ਇੱਕ ਅੱਧਾ ਹੋਰ ਸੀ ਇਸ ਤਰ੍ਹਾਂ ਮਾਰਨ ਦੇ ਵਿੱਚ ਉਹਨਾਂ ਇਹਨਾਂ ਦਾ ਹੱਥ ਸੀ ਜ਼ਿਆਦਾ ਲੁੱਟ ਲੁੱਟਾਫ ਵੀ ਹੋ ਗਿਆ ਮੈਂ ਕਦੋਂ ਇਹੋ ਜਿਹੇ ਹਾਲਾਤ ਹੋਏ ਮੈਂ ਮਾਂ ਬਾਪ ਦੇ ਘਰ ਇਕੱਲਾ ਪੋਤਾ ਸੀ ਮੇਰਾ ਫਾਦਰ ਹੈ ਨਹੀਂ ਮੈਂ ਇੱਥੇ ਉਹ ਮੈਨੂੰ ਲੈਣ ਆ ਗਏ ਵੀ ਇੱਥੇ ਤਾਂ ਇਹੋ ਜਿਹੇ ਝਗੜੇ ਹੁੰਦੇ ਪਿੰਡ ਚੱਲ ਮੈਂ ਉਹਨਾਂ ਨਾਲ ਉਹਨਾਂ ਨੇ ਸਮਝੋ ਵੀ ਪਿਆਰ ਨਾਲ ਹੀ ਜਾਣਾ ਸੀ ਮੈਂ ਪੁੱਤੋਂ ਵੱਗ ਗਿਆ ਉੱਥੇ ਵੀ ਪਿੰਡਾਂ ਦੇ ਵਿੱਚ ਵੀ ਸਮਝੋ ਵੀ ਇਹਦਾ ਅਸਰ ਜਾਣ ਲੱਗ ਗਿਆ ਇੱਕ ਵੱਡੀ ਲੜਾਈ ਹੋਈ ਉੱਥੇ ਕਿਹੜੇ ਪਿੰਡ ਇੱਕ ਪਾਸੇ ਤਾਂ ਬੜਬੜ ਸੀ ਇੱਧਰ ਲੋਕ ਸਾਡੇ ਪਿੰਡ ਸੀ ਹੋਰ ਸਾਹਮਣੇ ਆ ਕੇ ਖੜ ਗਏ ਉਧਰ ਵੀ ਲੈ ਕੇ ਤਲਵਾਰਾਂ ਵਗੈਰਾ ਖੜ ਗਏ ਮੁਸਲਮਾਨ ਤੇ ਇਧਰੋਂ ਵੀ ਲੋਕ ਜਿਹੜੇ ਹੈਗੇ ਸੀ ਹਿੰਦੂ ਸਿੱਖ ਸਾਰੇ ਪਰ ਉਹਨਾਂ ਨੇ ਕੁੱਟੇ ਵੀ ਨਹਿਰ ਚ ਡੁੱਬੇ ਕਿਉਂਕਿ ਉਹ ਤੈਰਾਕ ਸੀ ਅਸੀਂ ਨਹਿਰ ਚ ਗਏ ਨੀ ਸੀ ਲੋਕ ਉਹ ਭੱਜ ਕੇ ਆਉਂਦੇ ਨਹਿਰ ਚ ਡੁੱਬੇ ਚਲੋ ਕੱਲ ਖਤਮ ਗਿਆ ਮਾਰਤੇ ਹੋਰ ਫਿਰ ਉਹਨਾਂ ਦਾ ਸਮਾਨ ਲੁੱਟਣ ਵਾਸਤੇ ਜਾਣ ਲੱਗ ਗਿਆ ਕਿਹਨਾਂ ਦਾ ਮੁਸਲਮਾਨਾਂ ਦਾ ਹਿੰਦੂ ਸਿੱਖਾਂ ਦਾ ਬੜਾ ਬਰੇਟੋ ਤੋਂ ਬੜਬੜ ਤੋਂ ਮੁਸਲਮਾਨਾਂ ਦਾ ਹਾਂ
ਚੰਗਾ ਮੁੰਡਾ ਮਸ਼ੀਨ ਚੱਕ ਲਿਆ ਅੱਛਾ ਕੱਪੜੇ ਸਿਉਣ ਵਾਲੇ ਉਥੋਂ ਬਰਬਰ ਤੇ ਮੈਂ ਜੋ ਸਮਝੋ ਵੀ ਕੁਛ ਸਮਝ ਲੋ ਜਾਂ ਜਵਾਬ ਸਮਝ ਲੋ ਹੋਰ ਮੈਂ ਆਪਣੇ ਗ੍ਰੈਂਡ ਫਾਦਰ ਨਾਲ ਲੜਾਂ ਵੀ ਮੈਂ ਵੀ ਜਾਣਾ ਵੀ ਤਾਂ ਕਿ ਮੈਂ ਵੀ ਉਥੋਂ ਕੁਛ ਚੱਕ ਕੇ ਲਿਆਵਾਂ ਪਰ ਮੇਰੀ ਇੰਨੀ ਹਿੰਮਤ ਕਿੱਥੇ ਪੈਂਦੀ ਸੀ ਵੀ ਮੈਂ ਆਪਣੇ ਗ੍ਰੈਂਡ ਫਾਦਰ ਨੂੰ ਛੱਡ ਕੇ ਭੱਜ ਜਾ ਪਰ ਸਾਰੇ ਸ਼ਹਿਰ ਦੇ ਪਿੰਡ ਦੇ ਵਿੱਚ ਲੋਕਾਂ ਨੇ ਨਾ ਲਾਠੀਆਂ ਦੇ ਉੱਪਰ ਉਹ ਛੀਲੇ ਸਾਰਿਆਂ ਨੇ ਦੁਕਾਨਾਂ ਦੇ ਜਾਇਆ ਕਰਨ ਦੇ ਉੱਪਰ ਉੱਥੇ ਸਾਡੇ ਪਿੰਡ ਦੇ ਵਿੱਚ ਤਿੰਨ ਚਾਰ ਮੁਸਲਮਾਨ ਦੇ ਘਰ ਸੀ ਸਾਡੇ ਪਿੰਡ ਦੀ ਗੱਲ ਕਰਦਾ ਇਕਦਮ ਚਲ ਗਈ ਸੀ ਤੇ ਕਿਹੜਾ ਆਪਾਂ ਰਜਾਈਆਂ ਭਰਾਉਂਦੇ ਰਜਾਈ ਜਿਹੜਾ ਉਹ ਤੁੰਬਾ ਜਾਂਦਾ ਹਾਂ ਉਹਨਾਂ ਦੀਆਂ ਲੜਕੀਆਂ ਬਹੁਤ ਜ਼ਿਆਦਾ ਖੂਬਸੂਰਤ ਅੱਛਾ ਬਹੁਤ ਜ਼ਿਆਦਾ ਲੜਕੀਆਂ ਖੂਬਸੂਰਤ ਤੇ ਉਹ ਕੋਸ਼ਿਸ਼ ਕਰਨ ਵੀ ਅਸੀਂ ਨਿਕਲ ਜਾਈਏ ਪਰ ਪਿੰਡ ਦੇ ਜਿਹੜੇ ਨੌਜਵਾਨ ਗੱਭਰੂ ਸੀ ਉਹ ਕਹਿੰਦੇ ਨਹੀਂ ਇਹਨਾਂ ਨੂੰ ਜਾਣ ਨਹੀਂ ਦੇਣਾ ਅਸੀਂ ਰੱਖਣਾ ਇਹਨਾਂ ਨੂੰ ਝਗੜਿਆਂ ਝੁਗੜਿਆਂ ਚ ਉਹਨਾਂ ਨੇ ਘਰੇ ਰੱਖ ਲਏ ਆਪਦੇ ਵਿਆਹ ਕਰਾ ਲਏ ਨਾ ਕਰਾ ਲਏ ਤੁਹਾਡੇ ਜਿਹੜੇ ਕੋਈ 15 20 ਘਰ ਬਣ ਜਾਂਦੇ ਆ 20 ਕੋ 25 ਹੋਣਗੇ 15 10 ਤਾਂ ਪੰਡਤਾਂ ਦੇ ਹੋਣੇ ਇਹ ਬਾਕੀ ਕਹਿੰਦੇ ਆ ਦਖਾਨ ਹੋਰ ਹਰ ਇੱਕ ਕੌਮ ਜਿਹੜੇ ਹਨ ਥੋੜੇ ਥੋੜੇ ਤੁਹਾਡੇ ਨਾਲ ਜਿਹੜੇ ਪੜ੍ਹਦੇ ਸੀ ਮੁੰਡੇ ਤੁਹਾਡੇ ਨਾਲ ਜਿਹੜੇ ਮੁਸਲਮਾਨਾਂ ਦੇ ਮੁੰਡੇ ਪੜ੍ਹਦੇ ਸੀ ਮੁਸਲਮਾਨਾਂ ਦੇ ਮੁੰਡੇ ਤੁਹਾਡੇ ਨਾਲ ਪੜ੍ਹਦੇ ਸੀ ਕਿਹੜੇ ਕਿਹੜੇ ਸੀ ਉਹ ਇੱਕ ਤਾਂ ਅਸੀਂ ਸਾਡਾ ਸਕੂਲ ਪਿੰਡ ਕੋਈ ਨਹੀਂ ਸੀ ਅਸੀਂ ਕੋਟਦੂਨੇ ਜਾਂਦੇ ਸਰਦਾਰਾਂ ਦਾ ਪਿੰਡ ਹੈ ਕੋਟਦੂਨਾ ਉੱਥੇ ਜਿਹੜਾ ਆਉਂਦਾ ਸੀ ਉਹਦਾ ਨਾਂ ਇੱਕ ਦਾ ਨਾਂ ਤਾਂ ਕੁਮਾਰ ਸੀ ਤਿੰਨ ਮੁਸਲਮਾਨ ਮੇਰਾ ਮੁੰਡੇ ਮੇਰੇ ਨਾਲ ਪੜ੍ਹਦੇ ਸੀ ਇੱਕ ਦਾ ਨਾਂ ਕੁਮਾਰ ਸੀ ਇੱਕ ਦਾ ਨਾਂ ਸ਼ੇਰ ਸੀ ਕੁਛ ਇਹੋ ਜਿਹੇ ਕਹਿ ਹੁੰਦੇ ਪੰਜ ਮੁੰਡੇ ਅਸੀਂ ਪੜ੍ਹਦੇ ਹੁੰਦੇ ਸੀ ਚੌਥੀ ਚ ਮੈਂ ਬਾਣੀਆਂ ਦਾ ਇੱਕ ਮੁੰਡਾ ਹੋਰ ਮੇਰੇ ਨਾਲ ਬਾਣੀਆਂ ਦਾ ਤਿੰਨ ਮੁਸਲਮਾਨਾਂ ਦੇ ਹੁੰਦੇ ਸੀ ਠੀਕ ਹੈ ਸਰਦਾਰਾਂ ਦਾ ਮੁੰਡਾ ਸਾਡੇ ਨਾਲ ਕੋਈ ਨੀ ਪੜ੍ਹਦਾ ਸੀ ਸਰਦਾਰਾਂ ਦਾ ਘਰ ਸੀ ਕਿਉਂਕਿ ਉਹ ਕਿਹੜਾ ਪਿੰਡ ਸੀ ਉਹ ਬਟਾਈ ਦਾ ਸੀ ਤੇ ਉਹ ਕਹਿੰਦੇ ਉਦੋਂ ਪਿੰਡ ਸਰਦਾਰਾਂ ਦੇ ਹੱਥ ਵਿੱਚ ਧੋਈ ਜਾਂਦੇ ਪੜ੍ਹੇ ਜਾਂਦੇ ਤੇ ਉਹਨਾਂ ਨੂੰ ਉਹਨਾਂ ਦੇ ਨਾਲ ਵੱਢ ਟੁੱਕ ਤਾਂ ਨਹੀਂ ਹੋਈ ਕਿ ਹੋਈ ਉਹਨਾਂ ਨਾਲ ਉਹਨਾਂ ਨੂੰ ਮਾਰਿਆ ਤਾਂ ਨਹੀਂ ਵੱਢ ਟੁੱਕ ਤਾਂ ਨਹੀਂ ਕੀਤੀ ਉਹਨਾਂ ਦੀ ਉਹਨਾਂ ਨੂੰ ਕੁੱਟਿਆ ਤਾਂ ਨਹੀਂ ਮਾਰਿਆ ਤਾਂ ਨਹੀਂ ਮੁਸਲਮਾਨਾਂ ਨੂੰ ਛੱਡ ਕੇ ਬਾਕੇ ਹੋਊਗੇ ਮੇਰੇ ਮੈਨੂੰ ਨਹੀਂ ਪਤਾ ਇੰਨਾ ਮਾਰਿਆ ਮਾਰੇ ਬਥੇਰੇ ਮੁਸਲਮਾਨਾਂ ਦੇ ਮੁੰਡੇ ਮਾਰੇ ਮੈਂ ਤੁਹਾਨੂੰ ਆਪਦੀ ਦੱਸ ਦੇਣਾ ਕਿਉਂਕਿ ਮੈਂ ਆਪਦੇ ਮਾਂ ਬਾਪ ਦੇ ਘਰ ਇਕੱਲਾ ਸੀ ਘਰਦਿਆਂ ਨੂੰ ਜ਼ਿਆਦਾ ਫਿਕਰ ਸੀ ਜੋ ਐਵੇਂ ਸਮਝ ਲਓ ਵੀ ਕੋਈ ਹੈ ਨਹੀਂ ਪੋਤਾ ਤੇ ਉਹਨਾਂ ਦਿਨਾਂ ਦੇ ਵਿੱਚ ਬਾਹਰੋਂ ਜਾ ਕੇ ਪਸ਼ੂਆਂ ਵਾਸਤੇ ਕਿਹੜਾ ਹਰੇ ਚਾਰਾ ਵੀ ਲਿਆਉਣਾ ਕੋਈ ਜਾਂਦਾ ਨਹੀਂ ਸੀ ਮੇਰੇ ਕਿਸੇ ਤੋਂ ਵੀ ਬਜ਼ੁਰਗ ਵੀ ਸਾਡੇ ਵਾਸਤੇ ਵੀ ਲਿਆਉਣੀ ਤੇ ਮੈਂ ਆਕੜਿਆ ਹੋਇਆ ਦਸਵੀਂ ਦਾ ਨੌਜਵਾਨ ਸੀ ਐਂ ਸਮਝ ਲਓ ਵੀ ਸਮਝਦਾ ਨਹੀਂ ਸੀ ਉਹਨਾਂ ਨੂੰ ਕੁਛ ਮੈਂ ਕਹਿੰਦਾ ਮੈਂ ਲਿਆਉਂਗਾ ਮੈਂ ਆਪ ਮੱਝ ਵਾਸਤੇ ਉਹ ਚੜੀ ਲੈਣ ਵਾਸਤੇ ਜਦੋਂ ਚੜੀ ਲੈਣ ਵਗ ਗਿਆ ਤਾਂ ਉਹਦੇ ਵਿੱਚ ਇੱਕ ਮੁਸਲਮਾਨਾਂ ਦਾ ਆਦਮੀ ਬੈਠਾ ਉਹ ਮੈਥੋਂ ਡਰੀ ਜਾਵੇ ਮੈਂ ਉਥੋਂ ਡਰੀ ਜਾਵਾਂ ਅੱਛਾ ਉਹ ਲੁਕਿਆ ਬੈਠਾ ਸੀ ਹਾਂ ਕਦੋਂ ਉਹ ਚੜੀ ਵੱਢਣ ਲੱਗਿਆ ਮੈਂ ਦੇਖ ਲਿਆ ਉਹ ਮੈਥੋਂ ਡਰੀ ਜਾਵੇ ਕਿਤੇ ਮੈਨੂੰ ਰੌਲਾ ਨਾ ਪਾ ਦੇ ਮੈਂ ਉਦੋਂ ਮਰਦਮ ਕਿਤੇ ਮੇਰੇ ਤੇ ਹਮਲਾ ਕਰਕੇ ਮਾਰ ਨਾ ਦੇਵੇ ਚੜੀ ਵੱਢ ਕੇ ਵੱਢਿਆ ਥੋੜ੍ਹਾ ਕਿੰਨੀ ਚੱਕਣੀ ਚੱਕ ਲਿਆ ਦੱਸਿਆ ਕੰਮ ਮਤਲਬ ਕੰਮ ਤਾਂ ਕਰਨ ਗਏ ਹੱਥ ਕੰਮ ਦੇ ਰਹੇ ਕੋਈ ਨੀ 1947 ਗੱਲਾਂ ਫਿਰ ਉੱਥੇ ਪਿੰਡ ਰਹੇ ਪਿੰਡ ਤੋਂ ਬਾਅਦ ਜਦੋਂ ਮਾਹੌਲ ਵੰਡੇ ਗਿਆ ਉੱਧਰੋਂ ਇੱਧਰ ਹੋ ਗਏ ਫਿਰ ਇੱਥੇ ਆ ਗਏ ਵੀ ਕਾਲਜ 'ਚ ਦਾਖਲ ਹੋਊਗਾ ਪਰ ਕਿਹੜੇ ਸਾਡੇ ਬਜ਼ੁਰਗ ਸੀ ਕਿਉਂਕਿ ਉਹ
ਲੰਡੇ ਜਾਣਦੇ ਸੀ ਪੰਜਾਬੀ ਜਾਣਦੇ ਸੀ ਵੈਸੇ ਉਹ ਨੋਮੀਨੇਟ ਸੀ ਪੰਚਾਇਤ ਮੈਂਬਰ ਦੇ ਉਦੋਂ ਨੋਮੀਨੇਟ ਕੌਣ ਦਾ ਸੀ ਪੰਚਾਇਤਾਂ ਪਿੰਡ ਦੇ ਡੀ ਸੀ ਜਾਂ ਕਿਵੇਂ ਜੋ ਪ੍ਰੋਗਰੈਸ ਨੋਮੀਨੇਟ ਵੈਸੇ ਉਹਨਾਂ ਨੂੰ ਕੋਈ ਕਾਨੂੰਨ ਤਾਂ ਹੈ ਹੀ ਨਹੀਂ ਸੀ ਚਾਰ ਬੈਠੇ ਆ ਕਿਹੜੇ ਮੈਂਬਰ ਉਹਨਾਂ ਨੇ ਫੈਸਲਾ ਕਰ ਦੇਣਾ ਐਂ ਕਰ ਦਿਓ ਵਾ ਕਰ ਦੇ ਤੇ ਉਹ ਜਿਹੜੇ ਉਸ ਵੇਲੇ ਜਿਹੜੇ ਮੁਸਲਮਾਨ ਹੁੰਦੇ ਸੀ ਉਹਨਾਂ ਦੇ ਨਾਲ ਪ੍ਰੇਮ ਪਿਆਰ ਕਿਵੇਂ ਸੀ ਦੂਜਾ ਉਸ ਵੇਲੇ ਜਿਹੜੇ ਮੁਸਲਮਾਨ ਹੁੰਦੇ ਸੀ ਉਹਨਾਂ ਨਾਲ ਪ੍ਰੇਮ ਪਿਆਰ ਕਿਵੇਂ ਸੀ ਤੁਹਾਡਾ ਪ੍ਰੇਮ ਤਾਂ ਇਹ ਸਮਝ ਲਓ ਵੀ ਸਾਨੂੰ ਕੋਈ ਕਿਹੜੀਆਂ ਹੁਣ ਚੀਜ਼ਾਂ ਖਾਂਦੇ ਆ ਪਿੰਡ ਚ ਉਹ ਕੋਈ ਖਾਂਦੇ ਥੋੜਾ ਸੀ ਅੱਛਾ ਟਾਈਮ ਕੱਟਣ ਨਾਲ ਕੱਟ ਸੀ ਹੁਣ ਤੁਸੀਂ ਕਹੋਗੇ ਕਈ ਜੀ ਗੱਲ ਦਾ ਕਿਵੇਂ ਪਨੀਰ ਹੈ ਪਨੀਰ ਲਿਆਓ ਜੀ ਇੱਥੇ ਕਿਤੇ ਪਨੀਰ ਦੇਖਿਆ ਨਹੀਂ ਤੇ ਕਿਤੇ ਪਨੀਰ ਕੱਢਣਾ ਲਹੂ ਦਾ ਆਦਾ ਲੱਸੀ ਦਾ ਕੱਢ ਲੈਣਾ ਲੱਸੀ ਪੌਣੇ ਚ ਪਾ ਦੇਣੀ ਪਾਣੀ ਨਿਕਲ ਜਾਂਦਾ ਪਨੀਰ ਬਣ ਗਿਆ ਜੀ ਪਰ ਉਹਦੇ ਵਿੱਚ ਕਿਹੜਾ ਕਿਹੜੀਆਂ ਸਬਜ਼ੀਆਂ ਖਾਧੀਆਂ ਸਤਸੰਗ ਸੰਤਰੇ ਵਗੈਰਾ ਹਫ਼ਤੇ ਚ ਜਾਂ ਮਹੀਨੇ ਚ ਬਾਹਰ ਕੋਈ ਚੀਜ਼ਾਂ ਕਿੱਥੇ ਮਿਲਦੀਆਂ ਸੀ ਨਿਕਲ ਜਾਂਦੇ ਸੀ ਜ਼ਮੀਨਾਂ ਜਿਹੜੇ ਮੁੰਡੇ ਤੁਹਾਡੇ ਨਾਲ ਪੜ੍ਹਦੇ ਸੀਗੇ ਜਿਹੜੇ ਮੁੰਡੇ ਮੁਸਲਮਾਨਾਂ ਦੇ ਤੁਹਾਡੇ ਨਾਲ ਪੜ੍ਹਦੇ ਸੀ ਤੇ ਉਹ ਪਾਕਿਸਤਾਨ ਚਲੇ ਗਏ ਉਦੋਂ ਵੱਡ ਵੇਲੇ ਪਾਕਿਸਤਾਨ ਉਹਨਾਂ ਕੋਲੇ ਜ਼ਮੀਨਾਂ ਸੀਆਂ ਅੱਛਾ ਤੁਸੀਂ ਕਹੋਗੇ ਕਈ ਜੇ ਗੱਲ ਕਰਦਾ ਤਿੰਨ ਭਰਾ ਸੀ ਇਹਨਾਂ ਕਿਹੜੇ ਜਿਹਦਾ ਇੱਕ ਭਰਾ ਕਮਾਲ ਸਾਡੇ ਨਾਲ ਪੜ੍ਹਦਾ ਸੀ ਭਰਾ ਜਾਂ ਭਤੀਜਾ ਤੇ ਉਹਨਾਂ ਕੋਲੇ ਬਾਕਾਇਦਾ ਜ਼ਮੀਨਾਂ ਸੀ ਬਲਦ ਵਗੈਰਾ ਇਹੋ ਜਿਹੇ ਰੱਖਦੇ ਉੱਠੋ ਕੁਛ ਨਾ ਹੁਣ ਜਦੋਂ ਉਹ ਉੱਥੇ ਪਾਕਿਸਤਾਨ ਜਾ ਵੜੇ ਮੁੰਡੇ ਉਹ ਤੁਹਾਡੇ ਜਿਹੜੇ ਦੋਸਤ ਤੁਹਾਡੇ ਨਾਲ ਪੜ੍ਹਦੇ ਸੀ ਮੁਸਲਮਾਨਾਂ ਦੇ ਉਹ ਪਾਕਿਸਤਾਨ ਜਾ ਵੜੇ ਤੇ ਉਹਨਾਂ ਦੀ ਹੁਣ ਯਾਦ ਆਉਂਦੀ ਹੈ ਕਿ ਨਹੀਂ ਆਉਂਦੀ ਕਦੇ ਨਹੀਂ ਕੋਈ ਯਾਦ ਅੱਛਾ ਕੋਈ ਯਾਦ ਨਹੀਂ ਆਉਂਦੀ ਐਵੇਂ ਗਲਤ ਕਹੀਏ ਪਤਾ ਨਹੀਂ ਮਰ ਗਏ ਮਾਰਦੇ ਕਿਹੜੇ ਦੋਸਤ ਸੀ ਦੋਸਤਾਂ ਨੂੰ ਮਾਰਦੇ ਰਹੇ ਨਾਲੇ ਉਹ ਤੋਂ ਫਰੂਟ ਲੈਂਦੇ ਰਹੇ ਨਾਲੇ ਆਹੀ ਡਾਕਟਰ ਰਾਮ ਲਾਲ ਕਿਹੜਾ ਮਰ ਗਿਆ ਇਹ ਪੰਡਿਤ ਗੁਰਧਾਰੀ ਲਾਲ ਵਗੈਰਾ ਕਿਹੜੇ ਹੋਰ ਉਹਨਾਂ ਨੇ ਮਾਰਤਾ ਇਹੋ ਜਿਹਾ ਪੰਡ ਪੁੱਛੋ ਇਹੀ ਜੀ ਅਫੀਮ ਸਾਡਾ ਅਫੀਮ ਵਾਲੀ ਗਲੀ ਵੱਜਦੀ ਹੈ ਸਾਡੇ ਨਾਲ ਮੁਸਲਮਾਨਾਂ ਦੇ ਖੇਡਦਾ ਕਬੱਡੀ ਦਾ ਪਲੇਅਰ ਸੀ ਉਹਨਾਂ ਦਾ ਅਫੀਮ ਦਾ ਕੰਮ ਕਰਦੇ ਸੀ ਉਹ ਕਿਸੇ ਹਿੰਦੂ ਦੀ ਸਿੱਖ ਦੀ ਹਿੰਮਤ ਨਹੀਂ ਸੀ ਕਿ ਉਸਨੂੰ ਜਿੱਤ ਸਕੇ ਕਬੱਡੀ ਚ ਜਾਂ ਹੋਰ ਕੀ ਨਾਂ ਸੀ ਉਹਦਾ ਨਾਂ ਕੀ ਸੀ ਗਲੀ ਉਹਨਾਂ ਦੇ ਨਾਂ ਤੇ ਗਲੀ ਵੱਜੇ ਫੀਮ ਵਾਲੀ ਉਹ ਫੀਮ ਵਾਲੀ ਦਾ ਕੰਮ ਹੀ ਇੰਨਾ ਸੀ ਕਿ ਪੁੱਛੋ ਕੁਛ ਨਾ ਪੁੱਛ ਕੇ ਕਰਦੇ ਮੂਰਲਾ ਸਾਰਾ ਹਿੱਸਾ ਉਹਨਾਂ ਦਾ ਸੀ ਫੀਮ ਵਾਲੀ ਗਲੀ ਵੱਜਦੀ ਹੈ ਕਿੱਥੇ ਹੁਣ ਉਹ ਦੁਕਾਨਾਂ ਬਣ ਗਈਆਂ ਉੱਥੇ ਫੀਮ ਵਾਲਾ ਜੀ ਉਹਨਾਂ ਦਾ ਰਾਜ ਸੀ ਮੁੰਡਾ ਪੜ੍ਹਦਾ ਬਹੁਤ ਵੱਖਰਾ ਸੀ ਦੋ ਤਿੰਨ ਭਰਾ ਸੀ ਉਹ ਫੀਮ ਆ ਗਲੀ ਗਲੀ ਵੱਜਦੀ ਹੈ ਘਰ ਘਰ ਹੋ ਗਈ ਇੱਥੇ ਸਭ ਤੇਲੀਆਂ ਦੇ ਮਰਦੇ ਹੁੰਦੇ ਤੇਲ ਹੁੰਦਾ ਕੱਢਦੇ ਸਰੋਂ ਦਾ ਠੀਕ ਹੈ ਦੋਸਤੋ ਇਹ ਸੀਗੇ 93 ਸਾਲਾ ਬਜ਼ੁਰਗ ਰੌਸ਼ਨ ਲਾਲ ਜੀ ਜਿਨ੍ਹਾਂ ਨੇ 1947 ਦਾ ਜਿਹੜਾ ਕਤਲੇਆਮ ਹੈ ਉਹ ਆਪਣੇ ਅੱਖੀਂ ਦੇਖਿਆ ਅਤੇ ਆਪਣੇ ਨਾਲ ਪੜ੍ਹਦੇ ਮੁਸਲਮਾਨਾਂ ਨੂੰ ਮਰਦੇ ਦੇਖਿਆ ਅਤੇ ਮੁਸਲਮਾਨਾਂ ਦੇ ਵੱਲੋਂ ਵੀ ਜਿਹੜਾ ਹੈਗਾ ਵੱਢ ਟੁੱਕ ਕੀਤੀ ਗਈ ਹਿੰਦੂਆਂ ਦੀ ਸਿੱਖਾਂ ਦੀ ਤਾਂ ਉਹ ਕਾਲਾ ਦੌਰ ਇਹਨਾਂ ਨੇ ਆਪਣੇ ਪਿੰਡੇ 'ਤੇ ਹੰਢਾਇਆ ਅਤੇ ਨਾਲ ਇਹਨਾਂ ਦੇ ਬੇਟੇ ਬੈਠੇ ਨੇ ਸ਼੍ਰੀ ਚੰਦਰ ਪ੍ਰਕਾਸ਼ ਜੀ ਜੋ ਸਟੇਟ ਇਨਫੋਰਮੇਸ਼ਨ ਕਮਿਸ਼ਨਰ ਰਿਟਾਇਰ ਹੋਏ ਨੇ ਅਤੇ ਅੱਜ ਕੱਲ੍ਹ ਐਡਵੋਕੇਟ ਨੇ ਬਠਿੰਡਾ ਬਾਰ ਦੇ ਵਿੱਚ ਤਾਂ ਇਹ ਇਹਨਾਂ ਦੀ ਜਿਹੜੀ ਹੈਗੀ ਆ ਆਤਮ ਕਥਾ ਤੁਹਾਡੇ ਸਾਹਮਣੇ ਆ ਤਾਂ ਅੱਗੇ ਤੋਂ ਜਿਹੜਾ ਹੈਗਾ ਹੋਰ ਬਜ਼ੁਰਗ ਨੂੰ ਤੁਹਾਡੇ ਰੂਬਰੂ ਕਰਾਂਗੇ ਤਦ ਤੱਕ ਦੇ ਲਈ ਮੈਨੂੰ ਗੁਰਪ੍ਰੇਮ ਲਹਿਰੀ ਨੂੰ ਦਿਓ ਆਗਿਆ ਮਿਹਰਬਾਨੀ ਉਹਨਾਂ ਦੇ ਲੜਕੇ ਨੇ ਉਹ ਗੜੀ ਮੈਂ ਕਹਿੰਦਾ ਸੀ ਖੂਬਸੂਰਤ ਹੁੰਦੀ ਹੈ ਇੱਕ ਰੱਖ ਲਈ ਹਾਂ ਉਹ ਹੁਣ ਬੁੜੀ ਹੋਈ ਫਿਰਦੀ ਹੈ ਹੈਗੀ ਹੈ ਮੰਮੀ ਸਭ ਸੰਤਾਲੀ ਉਦੋਂ ਕਾਫੀ ਦੇਖ ਲਓ ਉਦੋਂ ਬੁੜੀ ਹੋ ਮਰ ਗਈ ਹੋ ਹੁਣ ਤਾਂ ਉਹ ਕਦੋਂ ਮੈਂ ਜਾਂਦਾ ਉਹ
ਹੈਗੀ ਤਾਂ ਮੁਸਲਮਾਨ ਸੀ ਬਈ ਜ਼ਿਮੀਦਾਰਾਂ ਦੇ ਘਰ ਆ ਗਈ ਸਤਿ ਸ੍ਰੀ ਅਕਾਲ ਬੁਲਾਉਣ ਲੱਗ ਗਈ ਉਹ ਉਹਦੀ ਖੂਬਸੂਰਤੀ ਉਦੋਂ ਤੱਕ ਵੀ ਕਾਇਮ ਰਹੀ ਅੱਛਾ ਮਤਲਬ ਉਹ ਸੀ ਤਿੰਨ ਚਾਰ ਹੋ ਗਏ ਜੁੜ ਆਹ ਕਿਹੜੇ ਬਠਿੰਡੇ ਸ਼ਹਿਰ ਬਾਰੇ ਕੁਛ ਬਠਿੰਡੇ ਦਾ ਤੇਰਾ ਮੁਹੱਲਾ ਕਾਰਗੜ ਇੱਥੇ ਕਹਿੰਦੇ ਤੇਲੀਆਂ ਦੇ ਘਰ ਹੁੰਦੇ ਸੀ ਤੇਲ ਕੱਢਦੇ ਸੀ ਇੱਥੇ ਦੰਗਾ ਫਸਾਦ ਕਿੰਨਾ ਹੋਇਆ ਬਠਿੰਡੇ ਮੁਸਲਮਾਨਾਂ ਦਾ ਗੱਲ ਇਹ ਹੈ ਨਾ ਕਿੰਨਾ ਕੋਲੇ ਹੁਣ ਫੀਮ ਦਾ ਕੰਮ ਸੀ ਉਹਨਾਂ ਦਾ ਰਾਜ ਚੱਲਦਾ ਸੀ ਕਿੰਨਾ ਦਾ ਫਰੂਟ ਦਾ ਕੰਮ ਕਰਦੇ ਸੀ ਵੱਡੇ ਵੱਡੇ ਆਦਮੀ ਉਦੋਂ ਕੋਲੋਂ ਫਰੂਟ ਲੈ ਕੇ ਆਉਂਦੇ ਸੀ ਮਾਰਨ ਵੇਲੇ ਮਿੰਟਾਂ ਲਾਇਆ ਇਸ ਤਰ੍ਹਾਂ ਦਾ ਤੇ ਹੋਰ ਸਟੇਸ਼ਨ ਤੇ ਵੀ ਦੰਗਾ ਫਸਾਦ ਰੇਲਵੇ ਸਟੇਸ਼ਨ ਤੇ ਦੰਗਾ ਫਸਾਦ ਰੇਲਵੇ ਸਟੇਸ਼ਨ ਤੇ ਕੋਈ ਦੰਗਾ ਫਸਾਦ ਦੇਖਿਆ ਰੇਲਵੇ ਸਟੇਸ਼ਨ ਤੇ ਮੈਂ ਕਿਹਾ ਰੇਲਵੇ ਸਟੇਸ਼ਨ ਤੇ ਕੋਈ ਦੰਗਾ ਫਸਾਦ ਦੇਖਿਆ ਰੇਲਵੇ ਸਟੇਸ਼ਨ ਤੇ ਕਮਿਸ਼ਨਰ ਕੀ ਨਾਂ ਦਾ ਕਿਹੜਾ ਹੁਣ ਕਮੇਟੀਆਂ ਦਾ ਕਮਿਸ਼ਨਰ ਸਾਰਾ ਕੁਝ ਹੈ ਜਗਪਾਲ ਸੰਧੂ ਸਿੰਧੂ ਐਹ ਨਾਂ ਭੁੱਲੇ ਫਿਰਦੇ ਨਾਂ ਨੂੰ ਬੋਲਦਾ ਜਾ ਮਤਲਬ ਜੇ ਸੌ ਬਣਦਾ ਸੀ ਤਾਂ ਉਹਦੇ ਤੋਂ ਜ਼ਰੂਰ 20-25 ਹੁੰਦੇ ਸੀ ਮੁਸਲਮਾਨ ਹੁੰਦੇ ਸੀ ਹਾਕੀ ਦੇ ਪਲੇਅਰ ਸੀ ਅਸੀਂ ਬਾਹਰ ਲੈ ਜਾਂਦੇ ਇੱਥੇ ਦੂਜੇ ਇੱਕ ਸਕੂਲਾਂ ਖਾਲਸਾ ਸਕੂਲਾਂ ਨਾਲ ਹੋ ਗਿਆ ਮੁਸਲਮਾਨ ਸਕੂਲਾਂ ਨਾਲ ਹੋ ਗਿਆ ਲੜਾਈ ਮਤਲਬ ਉੱਥੇ ਤਾਂ ਹੋ ਹੀ ਜਾਂਦਾ ਸੀ ਹੋਰ ਕਿਤੇ ਜਾਣਾ ਜੁਣਾ ਚਾਹੁੰਦਾ ਨੇ ਕਿਹੜੇ ਸਾਨੂੰ ਇਨਾਮ ਮਿਲਦੇ ਸੀ ਕਿਹੜੀਆਂ ਚੀਜ਼ਾਂ ਸਾਨੂੰ ਖਾਣ ਨੂੰ ਮਿਲਦੀਆਂ ਸੀ ਘਰਾਂ ਦੇ ਵਿੱਚ ਇੰਨਾ ਕੁਛ ਹੈ ਨਹੀਂ ਸੀ ਐਵੇਂ ਗਲਤ ਕਹੀਏ ਵੱਡੇ ਤੋਂ ਵੱਡਾ ਆਦਮੀ ਜੇ ਕਿਤੇ ਕਿਸੇ ਦੇ ਜਾਣਾ ਉਹਨੇ ਵੱਧ ਤੋਂ ਵੱਧ ਕੀ ਕਰਨੀ ਖੀਰ ਬਣਾਉਣੀ ਜਾਂ ਪ੍ਰਸ਼ਾਦ ਬਣਾਉਣੀ ਉਹ ਕੀ ਸੀ ਉਹਨਾਂ ਦਿਨਾਂ ਦੇ ਵਿੱਚ ਮੱਕੀ ਦੀ ਰੋਟੀ ਸਰੋਂ ਦਾ ਸਾਗ ਤਿੰਨ ਤਿੰਨ ਮਹੀਨੇ ਚੱਲਦਾ ਰਹਿੰਦਾ ਤੇ ਕਹਿੰਦੇ ਰਾਤ ਨੂੰ ਸਰੋਂ ਗਾਜਰੇ ਦੀ ਮੁੱਠਾਂ ਦੀ ਤੇ ਬਾਜਰੇ ਦੀ ਮਤਲਬ ਚੌਲ ਮਰ ਬਾਲਣਾ ਦੁੱਧ ਦੇ ਵਿੱਚ ਉਦੋਂ ਚੀਜ਼ਾਂ ਖਾਂਦੇ ਸੀ ਲੋਕ ਹੁਣ ਦੇਖਣ ਨੂੰ ਨੀ ਮਿਲਦੀਆਂ ਕਿੱਥੇ ਆ ਖਿਚੜੀ ਹੈ ਕਿਹੜੀ ਉਨੀ ਸੋ ਉਨੰਜਾ ਦੇ ਵਿਚ ਲੱਗ ਗਿਆ ਦਸਵੀਂ ਕੀਤੀ ਸੀ ਅੱਗੇ ਕੋਈ ਪੜ੍ਹਾਉਣ ਦਾ ਸਾਧਨ ਨਹੀਂ ਸੀ ਸਾਧਨ ਸੀ ਜਾਂ ਬਜ਼ੁਰਗਾਂ ਨੂੰ ਸ਼ੌਕ ਨਹੀਂ ਸੀ ਕਹੋਗੇ ਕਈ ਜੀ ਗੱਲ ਕਰਦਾ ਇੱਥੇ ਕਿਹੜਾ ਗੋਪੀ ਦਾ ਢਾਬਾ ਹੁੰਦਾ ਸੀ ਰੋਟੀਆਂ ਉਦੋਂ ਤੇ ਲੋਕ ਬਹੁਤ ਜ਼ਿਆਦਾ ਖਾਂਦੇ ਸੀ ਮਤਲਬ ਰਸ਼ ਰਹਿੰਦਾ ਸੀ ਮੈਂ ਵੀ ਉੱਥੇ ਹੀ ਖਾਂਦਾ ਸੀ ਬੇਸ਼ੱਕ ਮੇਰਾ ਰਿਸ਼ਤੇਦਾਰ ਸੀ ਇੱਥੇ ਰੋਟੀ ਮੈਂ ਉਹਦੇ ਉੱਥੇ ਖਾਂਦਾ ਸੀ ਉੱਥੇ ਇੱਕ ਦੂਜੇ ਦੀ ਵਾਕਫਿਸ ਹੋ ਜਾਂਦੀ ਤੁਸੀਂ ਇੱਕ ਮੁੰਡਾ ਕਹਿੰਦੇ ਸਾਡੇ ਇਲਾਕੇ ਦਾ ਹਸਪਤਾਲ ਤਹਿਸੀਲ ਬਰਨਾਲਾ ਅਤੇ ਕਾਲੇ ਕੇ ਉੱਥੇ ਡਾਕਖਾਨਾ ਲੱਗਦਾ ਸੀ ਉੱਥੋਂ ਦਾ ਰਹਿਣਾ ਉਹਨਾਂ ਨੂੰ ਰੋਕਿਆ ਮੇਲੇ ਮਿਲ ਗਿਆ ਉਹ ਇੱਥੇ ਚਪਰਾਸੀ ਲੱਗਿਆ ਹੋਇਆ ਸੀ ਐਸ ਡੀ ਐਮ ਦਾ
ਉਦੋਂ ਕਮੇਟੀ ਸੀ ਜਿਹੜੀ ਕਮੇਟੀ ਉਹ ਕਿਹੜਾ ਕਮਿਸ਼ਨਰ ਸੀ ਐਸ ਡੀ ਐਮ ਉਹ ਕਮੇਟੀ ਦਾ ਵੀ ਇੰਚਾਰਜ ਸੀ ਅੱਛਾ ਉਹ ਕਿਹੜਾ ਕਿਹੜਾ ਮੁੰਡਾ ਮੈਂ ਕਹਿੰਦਾ ਕੇਵਲ ਕ੍ਰਿਸ਼ਨ ਸੀ ਮਿਰਚਿਆ ਇੱਥੇ ਵਕੀਲ ਰਿਹਾ ਉਹਦੇ ਚਾਚਾ ਤਾਇਆ ਮਿਰਚਿਆ ਉਹ ਮੈਨੂੰ ਕਹਿੰਦਾ ਉਹ ਕਹਿੰਦਾ ਕਹਿੰਦਾ ਚੱਲ ਮੈਂ ਕਮੇਟੀ 'ਚ ਲਵਾ ਦਿਆਂ ਮੈਂ ਰੋਟੀ ਖਾਣ ਮੰਗਿਆ ਮੇਰੇ ਯਾਰ ਤਾਰ ਦੇ ਫਿਰ ਤਾਂ ਮੈਂ ਰਾਜੀ ਨੇ ਉਹ ਕਹਿੰਦਾ ਮੈਨੂੰ ਦਰਖਾਸਤ ਲਿਖ ਕੇ ਦੇ ਦਸਵੀਂ ਕੀਤੀ ਸੀ ਕਹੀ ਜੀ ਅੰਗਰੇਜ਼ੀ ਆਈ ਦਰਖਾਸਤ ਲਿਖਤੀ ਪਈ ਹੈ ਹੁਣ ਤੱਕ ਦੂਜੇ ਜਾਂ ਤੀਜੇ ਦਿਨ ਅਪੁਆਇੰਟਡ ਐਜ ਕੈਸ਼ੀਅਰ ਅੱਛਾ 1949 ਦੀ ਗੱਲ ਕਰਦਾ ਮੈਂ 1549 ਦੀ ਟੁੱਟੇ ਜੇ ਪਜਾਮੇ ਹੁੰਦੇ ਸੀ ਐਵੇਂ ਗਲਤ ਨਾ ਤਾਂ ਕਿੱਥੇ ਪ੍ਰੈਸ ਵਾਲੇ ਕੋਈ ਹੁੰਦੇ ਸੀ ਅੱਧੇ ਰਿਸ਼ਤੇਦਾਰ ਜੇ ਰਹਿੰਦਾ ਸੀ ਨਾ ਉਹ ਮੈਨੂੰ 40 ਰੁਪਏ ਦਿੰਦੇ ਸੀ ਕੰਮ ਕਾਰ ਕਰਨ ਦਾ ਵੀ ਉਹਨਾਂ ਦਾ ਵੀ ਕੰਮ ਕਰਦਾ ਨਾ ਤੜਕੇ ਸਫਾਈ ਕਰ ਦੇਣਾ ਕਿਹੜੇ ਬਾਹਰ ਉਦੋਂ ਅੰਦਰ ਤਾਂ ਕੋਈ ਪੈਂਦਾ ਨਹੀਂ ਸ਼ਾਹ ਸੜਕਾਂ 'ਤੇ ਪੈਂਦੇ ਸੀ ਹਵਾ ਅਤੇ ਹੁਣ ਦੂਜੇ ਦਿਨ ਮੈਂ ਗਿਆ ਉਹ ਲੈ ਕੇ ਦਰਖਾਸਤ ਮੈਨੂੰ ਕਹਿੰਦਾ ਚੰਗੇ ਉੱਥੇ ਬਗਜੀ ਕਮੇਟੀ ਤੈਨੂੰ ਰੱਖ ਲੈਣੀ ਉੱਥੋਂ ਜਦੋਂ ਮੈਂ ਗਿਆ ਕਿਹੜਾ ਸੈਕਰੇਟਰੀ ਸੀ ਉਹ ਪੰਡੋ ਸੀ ਉਹ ਦੇਖ ਕੇ ਉਹ ਗੱਲ ਹੀ ਨਾ ਕਦੇ ਕੋਈ ਦੇਖ ਕੇ ਤੈਨੂੰ ਕਿਸ ਨੇ ਲਵਾਇਆ ਸੋਨਾ ਰੋਹ ਨਾਲ ਮੈਂ ਕਿਹਾ ਜੀ ਤਾਂ ਮੈਨੂੰ ਪਤਾ ਨਹੀਂ ਉਹਨੇ ਕਿਹਾ ਸੀ ਮੇਰਾ ਨਾਂ ਨਾ ਲਿਓ ਮੈਂ ਕਿਹਾ ਜੀ ਮੈਨੂੰ ਤਾਂ ਇਹ ਕਿਹਾ ਸੀ ਵੀ ਤੁਹਾਨੂੰ ਆਰਡਰ ਮਿਲ ਜਾਣਗੇ ਜਾਣ ਕਰਕੇ ਤੇ ਟੁੱਟੇ ਜੇ ਪਜਾਮੇ ਨਾ ਪਾ ਕੇ ਅਸੀਂ ਇੱਥੇ ਰੋਹ ਨਾਲ ਗੱਲਾਂ ਮੈਂ ਕਿਹਾ ਜੀ ਨਹੀਂ ਪਾ ਕੇ ਦੂਜੇ ਦਿਨ ਵੱਗ ਗਿਆ ਉਹਨਾਂ ਨੇ ਕੈਸ਼ੀਅਰ ਬਣਾਇਆ ਸੀ ਕੈਸ਼ੀਅਰ ਬਣਾ ਤਾ ਅਤੇ ਉਹਦੇ ਵਿੱਚ ਅਸੀਂ ਇੱਕ ਦੂਜੇ ਤੋਂ ਉੱਥੋਂ ਕੈਸ਼ ਚੋਣ ਦਿਖਾਇਓ ਮੈਨੂੰ ਇੱਧਰ 1947 ਇਹਦੇ ਵਿੱਚ ਮੈਨੂੰ ਨਹੀਂ ਪਛਾਣ ਸਕੋ ਅੱਛਾ ਨਾਂ ਤਾਂ ਹੇਠਾਂ ਲਿਖੇ ਹੋਏ ਹਾਂ ਰਫੀਕ ਰਫੀਕ ਹੁੰਦਾ ਸੀ ਰਫੀਕ ਹਾਂਜੀ ਰਫੀਕ ਹਾਂ ਹੈਗੇ ਸੀ ਪੜ੍ਹਨੇ ਹੁਣ ਜਾਲ ਨਾਂ ਵੀ ਹੁਣ ਜਾਲ ਰਫੀਕ ਆ ਖਿਆਲੀ ਹੈ ਇੱਕ ਇਹਦਾ ਮੈਂ ਕਿਹਾ ਮੈਨੂੰ ਪਛਾਣ ਨਹੀਂ ਸਕਦਾ ਅੱਛਾ ਵੀ ਬੁੱਧ ਨਹੀਂ ਨਾ ਕਰੋ ਬਾਅਦ ਚ ਕਰਦੇ ਆਪਾਂ ਤੇਰਾ